ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਰੀ ਵੈਰੀ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਮੇਰੀ ਖੂਰ ਨਵੀਂ ਵੀਡੀਓ ਵਿੱਚ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਮੈਂ ਵੀ ਬਿਲਕੁਲ ਠੀਕ ਆ ਟਾਈਮ ਹੋ ਰਿਹਾ ਮਾਰਨਿੰਗ ਦਾ ਸਵਾ 6 ਦਾ ਟਾਈਮ ਆ ਸਵਾ 6 ਹੋ ਗਏ ਤੇ ਮੈਂ ਕੱਟ ਰਹੀ ਆ ਸਬਜ਼ੀ ਮੈਂ ਕਿਹਾ ਸਬਜ਼ੀ ਕੱਟ ਕੇ ਰੱਖ ਜਾਂ ਫਿਰ ਮੈਂ ਨਾ ਬਾਹਰ ਕੱਪੜੇ ਧੋ ਰਹੀ ਆ ਦੋਨੇ ਮਸ਼ੀਨਾਂ ਚੱਲ ਰਹੀਆਂ ਨੇ ਫੂਲੀ ਵੀ ਸੈਮੀ ਵੀ ਕੱਪੜੇ ਕਾਫੀ ਜਿਆਦਾ ਸੀਗੇ ਬੈੱਡ ਸ਼ੀਟਸ ਸੀਗੇ ਕੰਫਰਟਰ ਸੀਗੇ ਤੇ ਬਾਕੀ ਰੋਜ਼ ਵਾਲੇ ਕੱਪੜੇ ਸੀਗੇ ਦੋਨੋਂ ਮਸ਼ੀਨਾਂ ਨਾਲ ਚਲਾਈਆਂ ਕੁਝ ਕੱਪੜੇ ਤੋਤੇ ਕੁਝ ਹਲਤੋਂ ਵਾਲੇ ਨੇ ਫਿਰ ਮੈਂ ਜਾ ਕੇ ਪਹਿਲਾ ਕੱਪੜਾ ਦਾ ਕੰਮ ਖਤਮ ਕਰੂੰਗੀ ਕੱਪੜਾ ਸੁੱਕੜੇ ਖਾਣਾ ਫਿਰ ਮੈਂ ਅੰਦਰ ਆ ਕੇ ਸਬਜ਼ੀ ਬਣਾ ਲਵਾਂਗੀ ਤੇ ਮੈਂ ਕਿਹਾ ਚਲੀ ਜੇ ਆ ਕੇ ਸਬਜ਼ੀ ਕਰ ਦਾਂ ਚਾਹ ਪੀਤੀ ਹੁਣ ਚਾਹ ਪੀ ਕੇ ਸਬਜ਼ੀ ਕੱਟ ਕੇ ਰੱਖ ਜਾਨੀ ਆ ਪਿਆਜ਼ ਮੇਰੇ ਕੋਲ ਛਿੱਲੇ ਪਏ ਨੇ ਫਿਰ ਜਲਦੀ ਬਣ ਜੂ ਸਬਜ਼ੀ ਤੇ ਟਾਈਮ ਹੀ ਲੱਗਣਾ ਹੈਗਾ ਕੱਟੀ ਪਈ ਹੋਗੀ ਨਾਲ ਨਾਲ ਦਾ ਬ੍ਰੈਕਫਾਸਟ ਰੈਡੀ ਕਰ ਲੂੰਗੀ ਨਾਲ ਨਾਲ ਸਬਜ਼ੀ ਬਣਾ ਲੂੰਗੀ ਕੱਪੜੇ ਕਾਫੀ ਜ਼ਿਆਦਾ ਸੀ ਅੱਜ ਇੱਕ ਤਾਂ ਕਾਫੀ ਟਾਈਮ ਲਾਦਾ ਕੁਛ ਟਮੈ ਲੋਡ ਫੁੱਲੀ ਵਿੱਚ ਰਾਤ ਹੀ ਪਾਦਾ ਸੀ ਕੋਲਟ ਟਾਈਮਰ ਲਾਤਾ ਸੀਗਾ ਉਹ ਕੱਡੇ ਪਏ ਮੈਂ ਸੁੱਕਣੇ ਪਾਉਣ ਵਾਲੇ ਨੇ ਉਸ ਤੋਂ ਬਾਅਦ ਮੈਂ ਫੁੱਲੀ ਵਿੱਚ ਇੱਕ ਲੋਡ ਹੋਰ ਪਾਤਾ ਹਾਂ ਹੁਣ ਨਾਲ-ਨਾਲ ਮੇਰੀ ਸੈਮੀ ਮਸ਼ੀਨ ਵੀ ਚੱਲ ਰਹੀ ਹੈ ਫੇਰ ਕੱਪੜੇ ਧੁੱਤੇ ਜਾਣਗੇ ਕੱਪੜੇ ਜਿਵੇਂ ਜਿਵੇਂ ਧੁੱਤੇ ਜਾ ਰਹੇ ਸੀ ਸੁੱਕਣੇ ਪਾਰੇ ਸੀ ਇੱਕ ਲੋਡ ਫੁੱਲੀ ਵਿੱਚ ਮੈਂ ਰਾਤ ਹੀ ਕੱਪੜਿਆਂ ਦਾ ਪਾਤਾ ਸੀਗਾ ਉਹ ਸਵੇਰੇ ਜਦ ਮਾਰਨਿੰਗ ਵਿੱਚ ਉੱਠੀ ਆਲਰੇਡੀ ਵਾਸ਼ ਹੋ ਚੁੱਕੇ ਸੀ ਉਹਨੂੰ ਕੰਟ ਕੇ ਨਾਲ ਦੇ ਨਾਲ ਇੱਕ ਲੋਡ ਹੋਰ ਪਾਤਾ ਤੇ ਕੁਛ ਮੈਂ ਸੈਮੀ 'ਚ ਪਾਏ ਹੋਏ ਸੀ ਜਿਹੜੇ ਥੋੜੇ ਜਿ ਬਚ ਗਏ ਸੀਗੇ ਤੇ ਇਤਰਾ ਦੋਨੇ ਮਸ਼ੀਨਾਂ ਚਲਾ ਕੇ ਕੱਪੜਿਆਂ ਦਾ ਕੰਮ ਕੀਤਾ ਕੰਪਲੀਟ ਤੋਂ ਹਾਂ ਕਾਫੀ ਜ਼ਿਆਦਾ ਕੱਪੜੇ ਹੋ ਗਏ ਸੀ ਧੋਣ ਵਾਲੇ ਬੈੱਡ ਸ਼ੀਟਸ ਸੀ ਕੰਫਰਟਰਸ ਸੀਗੇ ਟਾਵਲ ਸੀਗੇ ਪਾ ਕੇ ਡੇਲੀ ਰੂਟੀਨ ਵੇਅਰ ਵਾਲੇ ਕੱਪੜੇ ਸੀਗੇ ਕਾਫੀ ਸਾਰੇ ਕੱਪੜੇ ਇਕੱਠੇ ਹੋਏ ਪਏ ਸੀਗੇ ਫਿਰ ਇੱਕ ਨੈਕਸਟ ਡੇ ਦਿਵਾਲੀ ਵੀ ਸੀਗੀ ਅੱਜ 30 ਤਰੀਕ ਦਾ ਇਹ ਵਲੌਗ ਹੈ 30 ਤਰੀਕ ਦੀ ਵੀਡੀਓ ਹੈ ਮੈਨੂੰ ਆਈ ਸੀ ਪਹਿਲਾਂ ਬਾਹਰ ਕੱਪੜਿਆਂ ਦਾ ਕੰਮ ਖਤਮ ਕਰਦਾ ਤੇ ਫਿਰ ਮੈਂ ਅੰਦਰ ਜਾ ਕੇ ਕਿਚਨ ਦਾ ਕੰਮ ਛੇੜੂਗੀ ਸਬਜ਼ੀ ਮੈਂ ਅੰਦਰ ਅੱਜ ਬਹੁਤ ਸੌਖੀ ਰੱਖੀ ਸੀ ਜਿਹੜੀ ਸੌਖੀ बन ਜੇ ਜਲਦੀ ਵੀ ਬਣ ਜੇ ਕद्दू ਦੀ ਤਾਂ ਕੱਪੜੇ ਮੇਰੇ ਕੋਲ ਕਾਫੀ ਸੀ ਅੱਜ ਤੇ ਇੱਕ ਪਾਸੇ ਆਪਾਂ ਕੰਮ ਖਤਮ ਕਰਕੇ ਫਿਰ ਅੰਦਰ ਦੂਜੇ ਪਾਸੇ ਆਪਾਂ ਟੈਨਸ਼ਨ ਫਰੀ ਹੋ ਕੇ ਕੰਮ ਕਰੀ ਜਾਂਦੇ ਆਗੇ ਇੰਨੀ ਫਿਰ ਅੰਦਰ ਤੇ ਬਾਹਰ ਹੋਣਾ ਮੁਸ਼ਕਲ ਹੋ ਜਾਂਦਾ ਆਪਦੀ ਬੋਡੀ ਨੂੰ ਵੀ ਥਕਾਵਟ ਆ ਜਾਂਦੀ ਹੈ ਜਿਹੜੇ ਮਾਰ ਤੇ ਮਾਰਦੇ ਤੇ ਇਸ ਕਰਕੇ ਮੈਨੂੰ ਹੋ ਗਿਆ ਪਹਿਲਾਂ ਕੱਪੜਾ ਦਾ ਕੰਮ ਖਤਮ ਕਰਕੇ ਫਿਰ ਮੰਦਰ ਜਾਉਂਗੀ ਕੱਪੜੇ ਪਾਈ ਸੁੱਕਣੇ ਥੋੜਾ ਅੰਦਰ ਆ ਕੇ ਲੱਗੇ ਬਣਾਉਣ ਸਬਜ਼ੀ ਕद्दू ਦੀ ਜਲਦੀ ਵੀ ਬਣ ਜੂਗਾ ਆਪਾਂ ਕਿ ਟੇਸਟੀ ਵੀ ਲੱਗਦਾ ਕद्दू ਹੁਣ ਲੱਗਦਾ ਵੀ ਬਹੁਤ ਆ ਪਰ ਸਾਡੇ ਤਾਂ ਕਦੇ ਕਦਾਈ ਆਉਂਦਾ ਖੇਤੋਂ ਨਿਮ ਮਲਾਈ ਕਨ ਕਦੇ-ਕਦਾਈਂ ਆਉਂਦਾ ਕੱਦੂ ਡੇਲੀ ਤਾਂ ਆਉਂਦਾ ਵੀ ਨਹੀਂਗਾ ਔਰ ਮੈਨੂੰ ਬਹੁਤ ਅੱਛਾ ਲੱਗਦਾ ਦੁੱਧ ਮਲਾਈ ਪਾ ਕੇ ਕੱਦੂ ਇਧਰ ਬਣਾਣਾ ਨੇ ਕੱਦੂ ਦੀ ਸਬਜ਼ੀ ਤੇ ਨਾਲ-ਨਾਲ ਮੈਂ ਬਣਾਉਂਗੀ ਪਰਤਾ ਮੇਰੇ ਕੋਲ ਨਾ ਬੈਂਗਣ ਮੈਂ ਇੱਕ ਦਿਨ ਪਹਿਲਾਂ ਪਤਨ ਦੋ ਦਿਨ ਪਹਿਲਾਂ ਮੈਂ ਪੁੰਨ ਕੇ ਰੱਖਿਆ ਸੀ ਫ੍ਰਿਜ ਵਿੱਚ ਤੋ ਟਾਈਮ ਲੱਗਿਆ ਨਹੀਂ ਮੇਰਾ ਬਣਾਉਣ ਦਾ ਫਿਰ ਮੈਂ ਅੱਜ ਉਹ ਵੀ ਬਣਾਈ ਲਵਾਂਗੀ ਨਾਲ ਦੀ ਨਾਲ ਬਸ ਇਹ ਸਬਜ਼ੀ ਨੂੰ ਤੜਕਾ ਲਗਾ ਕੇ ਫਿਰ ਮੈਂ ਬੈਂਗਣ ਦਾ ਪਰਤਾ ਬਣਾ ਲਵਾਂਗੀ ਇਸ ਤਰ੍ਹਾਂ ਮੇਰੇ ਕੋਲ ਸਬਜ਼ੀਆਂ ਹੋ ਜਾਣਗੀਆਂ ਤਿਆਰ ਕद्दू ਨੂੰ ਬਿਲਕੁਲ 20 ਟਾਈਮ ਨਹੀਂ ਲੱਗਦਾ ਬਣਾਉਣ ਵਿੱਚ ਇੱਕ ਵਿਸਲ ਲਗਾਓ ਤੇ ਕद्दू ਬਣ ਕੇ ਤਿਆਰ ਹੋ ਜਾਂਦਾ ਜੇ ਕੱਚਾ ਹੋਵੇ ਤਾਂ ਉਸ ਤੋਂ ਬਾਅਦ ਮੈਸ਼ ਕਰਕੇ ਦੁੱਧ ਮਲਾਈ ਪਾ ਦਿਓ ਖਾਨਚ ਵੀ ਟੇਸਟੀ ਤੇ ਬਣਾਉਣ ਚ ਵੀ ਈਜ਼ੀ ਹੈ ਕਿਉਂਕਿ ਪਿਆਜ਼ ਦਾ ਤੜਕਾ ਮੈਂ ਲਗਾਉਣੀ ਕद्दू ਵਿੱਚ ਟਮਾਟਰ ਮੈਂ ਕਦੇ ਪਾਇਆ ਨਹੀਂ ਦੀ ਵਿੱਚ ਦੁੱਧ ਪਾਉਣਿਆਂ ਨੂੰ ਉਸ ਕਰਕੇ ਜੀਰਾ ਪਿਆਜ਼ ਦਾ ਤੜਕਾ ਲਗਾ ਕੇ ਲਸਣ ਚੀਲੀ ਹੋ ਪਤਾ ਲਸਣ ਵੀ ਪਾ ਲਾਂ ਨਹੀਂ ਤੇ ਸਬਜੀ ਤਿਕਣ ਚੁੱਕੀ ਕद्दू ਦੀ ਕੁਛ ਮੈਂ ਬਿਨਾਂ ਦੁੱਧ ਤੋਂ ਕੱਢ ਦਾਂ ਜਿਹੜੀ ਐਕਸਟਰਾ ਮੈਨੂੰ ਲੱਗਦੀ ਹੈ ਨਾ ਫਿਰ ਉਹ ਸ਼ਾਮ ਨੂੰ ਦੁਬਾਰਾ ਜਦੋਂ ਗਰਮ ਕਰਦੇ ਦੁੱਧ ਫਿਰ ਤਾਜ਼ਾ ਪਾ ਜਾਂਦਾ ਉਹ ਇਧਰ ਬਣਾਇਆ ਪਿਆ ਪਰਤਾ ਕੁਛ ਕੱਦੂ ਦੀ ਸਬਜ਼ੀ ਮੈਂ ਬਿਨਾ ਦੁੱਧ ਤੋਂ ਕੜਤੀ ਤੇ ਆਟਾ ਵੀ ਗੁੰਨ ਕੇ ਰੱਖਤਾ ਹੁਣ ਜਦੋਂ ਖਾਣਾ ਖਾਣਾ ਹੋ ਤਾਂ ਫੁਲਕਾ ਬਣਾ ਲਾਂਗੇ ਤੇ ਹੁਣ ਮੈਂ ਕਰਨਾ ਸੀ ਡਸਟਬਿਨ ਖਾਲੀ ਘਰ ਵਿੱਚ ਕੰਮ ਸਿਰਫ ਇਹ ਨਹੀਂ ਹੁੰਦਾ ਕਿ ਰੋਟੀ ਬਣਾ ਲਓ ਭਾਂਡੇ ਮਾਂਜ ਲਓ ਵੀ ਕੱਪੜੇ ਧੋਲ ਹਨਾ ਇਸ ਤੋਂ ਪਹਿਨ ਨਿੱਕੇ ਨਿੱਕੇ ਕੰਮ ਐਨੇ ਆਏ ਨੇ ਜਿਹੜੇ ਗਿਣਤੀ 'ਚ ਨਹੀਂ ਆਉਂਦੇ ਹੁਣ ਇਹ ਡਸਟਬਿਨ ਸੁੱਕੇ ਕੂੜੇ ਨਾਲ ਭਰਿਆ ਪਿਆ ਸੀ ਇਹ ਵੀ ਖਾਲੀ ਕਰਨਾ ਸੀਗਾ ਤੇ ਮੈਂ ਆਪਣੇ ਲਈ ਬ੍ਰੇਕਫਾਸਟ ਵਿੱਚ ਅੱਜ ਬਣਾਈ ਹੈ ਬਨਾਣਾ ਸਮੂਦੀ ਅੱਜ ਮੈਂ ਬਹੁਤ ਦਿਨਾਂ ਬਾਅਦ ਵੀਡੀਓ ਸ਼ੂਟ ਕਰ ਰਹੀ ਹਾਂ ਇਹ 30 ਅਕਤੂਬਰ ਦੀ ਵੀਡੀਓ ਬਹੁਤ ਦਿਨਾਂ ਬਾਅਦ ਵੀਡੀਓ ਸ਼ੂਟ ਕਰ ਰਹੀ ਹਾਂ ਅੱਜ ਟਾਈਮ ਲੱਗਿਆ ਤੇ ਹੁਣ ਇਧਰ ਮੈਂ ਓਟਸ ਡਰਾਈ ਰੋਸਟ ਕਰਕੇ ਰੱਖੇ ਸੀ ਠੰਡੇ ਹੋ ਚੁੱਕੇ ਸੀ ਤੇ ਇਹਨਾਂ ਨੂੰ ਮੈਂ ਪਾ ਦਾਂ ਨੀ ਹ ਕੰਟੇਨਰ ਵਿੱਚ ਜਿਹਦੇ ਖਤਮ ਹੋ ਜਾਣਗੇ ਫੇਰ ਮੈਂ ਇੱਕ ਡੱਬਾ ਡਰਾਈ ਰੋਸਟ ਕਰਕੇ ਓਟਸ ਨੂੰ ਮੈਂ ਫੇਰ ਭਰ ਲਾਂ ਨੀ ਇਸ ਤਰ੍ਹਾਂ ਫਿਰ ਇਹ ਚਾਹੇ ਤੁਸੀਂ ਇਹਦੀ ਸਮੂਦੀ ਬਣਾ ਲਓ ਚਾਹੇ ਤੁਸੀਂ ਓਟ ਮੀਲ ਬਣਾ ਲਓ ਚਾਹੇ ਤੁਸੀਂ ਓਟਸ ਨੂੰ ਗ੍ਰਾਇੰਡ ਕਰਕੇ ਪਾਊਡਰ ਬਣਾ ਕੇ ਇਸ ਤਰ੍ਹਾਂ ਆਪ ਇਹਨਾਂ ਨੂੰ ਯੂਜ਼ ਕਰ ਸਕਦੇ ਆ। ਥੋੜੇ ਜਿਹਾ ਪੱਕ ਗਏ ਸੋ ਅਲੱਗ ਟਰਬੀ ਵਿੱਚ ਕੱਢ ਦੂੰਗੀ। ਡੱਬਾ ਭਰ ਚੁੱਕਿਆ ਸੀਗਾ। ਇਹ ਅਲੱਗ ਕੱਢ ਦੂੰਗੀ ਪਹਿਲੇ ਇਹਨਾਂ ਨੂੰ ਮੈਂ ਯੂਜ਼ ਕਰ ਲਵਾਂਗੀ। ਬਹੁਤ ਜ਼ਿਆਦਾ ਬਿਜ਼ੀ ਰੂਟੀਨ ਸੀ ਅੱਜ ਮੇਰਾ ਬਹੁਤ ਜ਼ਿਆਦਾ ਵੀ ਇੰਨੇ ਕੰਮ ਇਕੱਠੇ ਹੋਏ ਫੇਸੇ ਇੰਨੇ ਕੰਮ ਇਕੱਠੇ ਹੋਏ ਫੇਸੇ ਕਿ ਮੈਨੂੰ ਆ ਇੰਟੈਂਸ਼ਨ ਸੀ। ਵੀ ਕੱਲ੍ਹ ਕੱਤੀ ਦੀ ਇੱਕ ਦੀ ਦੀਵਾਲੀ ਕਹਿ ਰਹੇ ਨੇ ਹਨਾ ਤੇ ਮੇਰਾ ਤਾਂ ਘਰ ਇੰਨਾ ਜ਼ਿਆਦਾ ਫੈਲਿਆ ਪਿਆ ਸੀ ਨਾ। ਬਹੁਤ ਜ਼ਿਆਦਾ ਫੈਲਿਆ ਪਿਆ ਸੀਗਾ। ਸਭ ਕਮਰੇ ਡਾਈਨਿੰਗ ਟੇਬਲ ਪਰ ਐ ਪਿਆ ਸਮਾਨ ਦਾ। ਬਹੁਤ ਬੁਰਾ ਹਾਲ ਹੋਇਆ ਪੇ ਮੈਨੂੰ ਆਇਆ ਲੱਗਦਾ ਵੀ ਇਹਨਾਂ ਕੁ ਮੈਂ ਕਰ ਮੈਂ ਸਭ ਪੈਨ ਗੰਦਾ ਜਿਵੇਂ ਕਦੇ ਰੱਖਿਆ ਇਸ ਵਿੱਚ ਮੈਂ ਆਰਗੇਨਾਈਜ਼ ਕਰਕੇ ਰੱਖਦੀ ਸੀ ਇਸ ਵਾਰ ਮੇਰੇ ਟਾਈਮ ਨਹੀਂ ਲੱਗੇ ਨਹੀਂ ਬੀਜ਼ੀ ਮੈਂ ਚੱਲ ਰਹੀ ਸੀ ਤੇ ਹੁਣ ਬਾਹਰ ਲੈ ਕੇ ਆਈਆਂ ਮੈਂ ਬਾਲਟੀਆਂ ਡਸਟਬਿਨ ਧੋਣ ਵਾਸਤੇ ਮੈਂ ਕਿਹਾ ਚਲੋ ਧੋਣ ਤੋਂ ਪਹਿਲਾਂ ਇਹ ਕੰਮ ਵੀ ਮੈਂ ਖਤਮ ਕਰਾਂ ਟਾਈਮ ਹੋ ਰਿਹਾ 11:00 11:30 ਦਾ ਸੀਗਾ ਫਿਰ ਮੈਂ ਕਿਹਾ ਚਲੋ ਮੈਨੂੰ ਬਤ ਅੱਧਾ ਘੰਟਾ ਲੱਗੂ ਬਈ ਵਾਸ਼ ਮੈ ਹੋਂ ਕਰੀ ਦਮਾ ਫੇਰੀ ਨਾ ਆਉਂਗੀ ਕੋ ਡਸਟਬਿਨ ਨੇ ਸਾਡੇ ਬਾਥਰੂਮ ਵਾਲੀ ਫੱਟੀ ਬਾਲਟੀ ਮੱਗ ਨੇ ਇਹ ਵੀ ਸਾਰਾ ਕੁਝ ਕਰਦੀ ਹੈ ਵਾਸ਼ ਕਰਕੇ ਉਸ ਮਰਸੇ ਮੈਨੂੰ ਹਣ ਲਗੂਨੀ ਮੈਂ ਸ਼ਾਮ ਨੂੰ ਮੈਨੂੰ ਫਿਰ ਕਾਲ ਹੋ ਜੂ ਕਹੋਲ ਕਿ ਸ਼ਾਮ ਨੂੰ ਕੰਮ ਹੋਰ ਕਰੂੰਗੀ ਫਿਰ ਹੋਰ ਵੀ ਬਹੁਤ سارے ਕੰਮ ਨੇ ਇਹ ਡਸਟ ਬਿਨ ਵੀ ਧੋਣੇ ਜ਼ਰੂਰੀ ਹੋਏ ਨੇ ਸੁੱਕੇ ਕੂੜੇ ਵਾਲੇ ਚਲੋ ਗਿੱਲੇ ਕੂੜੇ ਵਾਲੇ ਤਾਂ ਪਰ ਡੇਲੀ ਸਾਫ਼ ਕਰਦੇ ਰਹਿੰਦੇ ਆ ਪਰ ਜਿਹੜੇ ਸੁੱਕੇ ਕੂੜੇ ਵਾਲੇ ਹੁੰਦੇ ਨੇ ਉਹ ਡੇਲੀ ਸਾਫ਼ ਨਹੀਂ ਹੁੰਦੇ ਹੈਗੇ ਇੱਕ ਵਾਰ ਖਾਲੀ ਕਰਕੇ ਕੂੜਾ ਸੁੱਟ ਕੇ ਆਪਾਂ ਰੇ ਰੱਖ ਦਿੰਦੇ ਆ ਫਿਰ ਇਹ ਵੀ ਟਾਈਮ ਟੂ ਟਾਈਮ ਵਾਸ਼ ਕਰਨੇ ਜ਼ਰੂਰੀ ਹੋ ਜਾਂਦੇ ਨੇ ਇਹਨਾਂ ਨੂੰ ਵਾਸ਼ ਕਰਕੇ ਧੁੱਪੇ ਰੱਖ ਦੂੰਗੀ ਅੱਗੇ ਬਹੁਤ سارے ਕੰਮ ਮੈਨੂੰ ਮੇਰੇ ਰੱਖਾਂਗੇ ਕੰਮ ਹੀ ਘੁੰਮਦੇ ਹੋਵੇ ਆ ਵੀ ਕਰਨਾ ਆ ਵੀ ਕਲੀਨ ਕਰਨਾ ਆ ਵੀ ਕਲੀਨ ਕਰਨਾ ਪਰ ਜਦ ਹੌਲੀ ਹੌਲੀ ਸਭ ਕੁਝ ਹੋ ਜਾਊਗਾ ਇੱਕ ਆਪਣੇ ਦਿਮਾਗ ਵਿੱਚ ਕੰਮ ਤਾਂ ਜਰੂਰ ਘੁੰਮਦੇ ਨੇ ਪਰ ਹੌਲੀ ਹੌਲੀ ਸਾਰਾ ਕੁਝ ਹੋ ਜਾਂਦਾ ਲੋਈ ਡਸਟ ਬਿਨ ਬਾਲਟੀਆਂ ਵਗੈਰਾ ਮੈਂ ਕਰਤੀਆਂ ਵਾਸ਼ ਤੇ ਇਹਨੂੰ ਇੱਕ ਵਾਰ ਤੋਂ ਫੇਰ ਰੱਖਦੇ ਆਂ ਚੰਗੀ ਤਰ੍ਹਾਂ ਸੁੱਕੇ ਜਾਣਗੇ ਫੇਰ ਅੰਦਰ ਲੈ ਕੇ ਜਾਊਂਗੀ ਇਹਦਾ ਡਸਟ ਬਿਨ ਬਾਲਟੀਆਂ ਤੋਂ ਤੋਂ ਮੈਨਾਂ ਵੀ ਸਰਦਾ ਨੇ ਇਹ ਚੀਜ਼ਾਂ ਵੀ ਸਾਫ਼ ਹੀ ਵਧੀਆ ਲੱਗਦੀ ਇਹਨੇ ਕਿਉਂਕਿ ਆਪਾਂ ਕੂੜਾ ਪਾਉਨੇ ਆ ਨਾਉਨੇ ਆ ਹਰ ਰੋਜ਼ ਪਾਣੀ ਲੱਗਦਾ ਬਾਲਟੀਆਂ ਨੂੰ ਫਰੋ ਪਾਣੀ ਨਾਲ ਚਿੱਟੇ-ਚਿੱਟੇ ਹੀ ਹੁੰਦੇ ਨੇ ਬਾਹਰ ਤੇ ਹੁਣ ਦੁਪਹਿਰ ਦਾ ਟਾਈਮ ਸੀ ਲੰਚ ਕਰਨ ਤੋਂ ਬਾਅਦ ਮੈਂ ਲੱਗੀ ਸੀ ਰੂਮਸ ਦੀ ਡਸਟਿੰਗ ਕਰਨ ਜਿਵੇਂ ਜਿਵੇਂ ਮੈਥੋਂ ਜਿੰਨਾ ਜਿੰਨਾ ਕੰਮ ਹੋਊਗਾ ਉਹ ਮੈਂ करूंगी ਬਹੁਤ ਜ਼ਿਆਦਾ ਆਪਣੇ ਆਪ ਤੇ ਲੋਡ ਵੀ ਨਹੀਂ ਲੈਂਦੀ ਬਸ ਇੱਕ ਆਇਆ ਵੀ ਚਲੋ ਜਿੰਨਾ ਕਿ ਮੈਥੋਂ ਹੋਈ ਜਾਊਗਾ ਉਹਨਾਂ ਉਹਨਾਂਕ ਮੈਂ ਕਰੀ ਚੱਲੂੰਗੀ ਤੇ ਹੁਣ ਮੈਂ ਕਰ ਰਹੀ ਆਂ ਬੇਟੀ ਦੇ ਰੂਮ ਦੀ ਡਸਟਿੰਗ ਬੇਟੀ ਕੱਲ ਚਲੀ ਗਈ ਤੇ ਘਰ ਬਹੁਤ ਸੁੰਨਾ ਹੋ ਗਿਆ ਦਿਲ ਵੀ ਨਹੀਂ ਲੱਗ ਰਿਹਾ ਸੀਗਾ ਨਾ ਬਹੁਤ ਰੌਣਕ ਲੱਗੀ ਹੋਈ ਸੀ ਪੱਕੇ ਮੇ ਤਾਂ ਵੀਡੀਓ ਪਿੰਦ ਕੋ ਸ਼ੂਟ ਨਹੀਂ ਹੋਈ ਮम्मी ਤੇ ਦਵਿੰਦਰ ਗਏ ਸੀ 에어ਪੋਰਟ ਤੱਕ ਚੋਣ ਤੇ ਮੈਂ ਮੈਂ ਤੇ ਇਹ ਬੇਟਾ ਸੀ ਦੋਨੇ ਮਾਂ ਪੁੱਤ ਘਰੇ ਸੀਗੇ ਹੁਣ ਮੈਂ ਕਰ ਰਹੀ ਹਾਂ ਰੂਮ ਦੀ ਡਸਟਿੰਗ ਡਸਟਿੰਗ ਕਰਕੇ ਫਿਰ ਉਸ ਚਾਤਰਾ ਵਗੈਰਾ ਪਛਾਦੂੰ ਫਿਰ ਮੈਂ ਮਾਰਨਿੰਗ ਵਿੱਚ ਬੈੱਡ ਸ਼ੀਟਸ ਉਤਾਰ ਲਿਆ ਸੀ ਵਾਸ਼ ਕਰਤੀਆਂ ਬੈੱਡ ਤੇ ਨਾ ਸਾਈਡਸ ਤੇ ਉਹ ਟੇਪਸ ਦੇ ਨਿਸ਼ਾਨ ਲੱਗ ਸੀਗੇ ਆਪਾਂ ਉਹ ਡੈਕੋਰੇਸ਼ਨ ਕਰੀ ਸੀ ਉਹਦੇ ਟੇਪਸ ਦੇ ਨਿਸ਼ਾਨ ਸੀ ਜਿਵੇਂ ਉਹਦੀ ਗਮ ਬਲੈਕ ਹੋ ਜਾਂਦੀ ਹੈ ਨਾ ਲੱਗੀ ਲੱਗੀ ਕਾਲੀ ਜੀ ਹੋ ਗਈ ਬੜੀ ਚਿਪਚਿਪੀ ਜੀ ਲੱਗ ਰਹੀ ਸੀ ਫਿਰ ਮੈਂ ਸੋਚਿਆ ਕਿ ਇਹ ਨਾਲ ਉਤਾਰਾਂ ਮੈਂ ਕੱਪੜੇ ਗਿੱਲੇ ਕੱਪੜੇ ਨਾਲ ਉਤਾਰਨ ਦੀ ਕੋਸ਼ਿਸ਼ ਕੀਤੀ ਨਹੀਂ ਉਤਰੀ ਫਿਰ ਮੈਂ ਸ਼ਾਰਪ ਸ਼ੂਟਰ ਸਪਰੇਅ ਛਿੜਕ ਕੇ ਕੁਝ ਸੈਕਿੰਡਸ ਲਈ ਰੱਖ ਕੇ ਇਹਦੇ ਨਾਲ ਉਤਾਰਿਆ ਬੜੀ ਜਲਦੀ ਉਤਰ ਗਿਆ ਨਾਲ ਦੀ ਨਾਲ ਉਤਰ ਗਿਆ ਗੰਮ ਬਹੁਤ ਵਧੀਆ ਰਿਜ਼ਲਟ ਆਇਆ ਇਹਦਾ ਗੰਮ ਨਾਲ ਦੀ ਨਾਲ ਉਤਰ ਗਿਆ بس ਉਹਨੂੰ ਸਪਰੇਅ ਕਰਕੇ ਕੁਝ ਸੈਕਿੰਡਸ ਲਈ ਛੱਡ ਦਿਓ ਤੇ ਕੱਪੜੇ ਨਾਲ ਰਗੜ ਦਿਓ ਬਹੁਤ ਜਲਦੀ ਉਤਰ ਗਿਆ ਨਹੀਂ ਬਿਲਕੁਲ ਵੀ نیچے ਟੇਪ ਦੀ ਚਿਪਚਿਪਾਟ ਹੀ ਨਹੀਂ ਰਹਿਦੀ ਹੈਗੀ ਪਰੇ ਇਹਨੂੰ ਬਸ ਪੇਂਟ ਤੇ ਯੂਜ਼ ਨਾ ਕਰੋ ਸਪਰੇਅ ਨੂੰ ਸਿਰਫ ਇਹ ਮਾਈਕੇ ਵਾਸਤੇ ਯੂਜ਼ ਹੋ ਸਕਦੀ ਹੈ ਪੇਂਟ ਤੇ ਕਿਸੇ ਵੀ ਪੇਂਟ ਵਾਲੀ ਜੀਵਸ ਤੇ ਯੂਜ਼ ਕਰੋਗੇ ਤਾਂ ਤੁਹਾਡੀ ਖਰਾਬ ਹੋ ਜੂ ਪੇਂਟ ਖਰਾਬ ਕਰ ਦੋ ਇਸ ਕਰਕੇ ਇਹਨੂੰ ਸਿਰਫ ਮਾਈਕੇ ਤੇ ਯੂਜ਼ ਕਰੋ ਤੇ ਜਿੰਨੇ ਵੀ ਟੇਪਸ ਨਿਸ਼ਾਨ ਸੀ ਨਾ ਚਿਪਚਿਪੇ ਜਿਹੜੇ ਗੰਮ ਦੇ ਉਹ ਸਾਰੇ ਉੱਤਰ ਗਏ ਤੇ ਹੁਣ ਪਿਛਾਦਾਂ ਨੇ ਬੈੱਡ ਸ਼ੀਟਸ ਇਹ ਜਿਹੜੀ ਬੈੱਡ ਸ਼ੀਟ ਵੀ ਮੈਂ ਧੋਤੀ ਸੀ ਤੇ ਉੱਪਰਲੀ ਤਾਂ ਚਲੋ ਚੇਂਜ ਕਰਨੀ ਕੰਮ ਇਸ ਨੀਚੇ ਵਾਲੀ ਮੈਂ ਧੋ ਕੇ ਪਿਛਾ ਦਾਨੀ ਆ ਕਿ ਹੁਣ ਰੂਮ ਇਹ ਯੂਜ਼ ਚ ਆਉਣਾ ਨਹੀਂ ਹੈਗਾ ਐਟ ਗੈਸਟ ਰੂਮ ਯੂਜ਼ ਕਰਾਂਗੇ ਗੈਸਟ ਕਿਹੜਾ ਰੋ ਰੋਜ਼ ਆਉਂਦੇ ਨੇ ਕਦੇ ਕਦਾਈਂ ਆਉਂਦੇ ਨੇ ਬਹੁਤ ਘੱਟ ਤੇ ਮੇਰੇ ਫਿਰ ਆਇਆ ਚਲੋ ਬੈੱਡ ਸ਼ੀਟਸ ਇੱਕ ਪਰਤ ਹੋ ਗਈ ਲਗਾ ਦਾਨੀ ਸਾਰੀਆਂ ਤੇ ਉੱਪਰ ਵਾਲੀ ਵੀ ਧੋਤੀ ਹੋਈ ਬੈੱਡ ਸ਼ੀਟ ਪਛਾ ਦੂੰਗੀ ਤੇ ਰੂਮ ਹੋ ਜਾਊਗਾ ਸੈਟ ਐਂਡ ਉਹਦੇ ਬੇਟੀ ਦੇ ਜਾਣ ਕਰਕੇ ਤਿਆਰੀਆਂ ਵਿੱਚ ਨਾ ਮੈਂ ਬਹੁਤ ਬਿਜ਼ੀ ਸੀ ਨਾ ਤਾਂ ਮੇਥੋਂ ਘਰ ਦਾ ਕੋਈ ਡਸਟਿੰਗ ਦਾ ਰੂਟੀਨ ਬਣ ਰਿਹਾ ਸੀ ਤੇ ਨਾ ਹੀ ਮੇਰੇ ਕੋਈ ਕੰਮ ਦਾ ਰੂਟੀਨ ਬਣ ਰਿਹਾ ਸੀਗਾ ਕਈ ਵਾਰ ਬਾਜ਼ਾਰ ਦੇ ਇੱਕ ਘੇਟਾ ਵੀ ਇੱਕ ਘੇਟਾ ਤਾਂ ਪੱਕਾ ਹੀ ਸਵਾਜਾਰਦਾ ਰੋਜ਼ ਤਾਂ ਕਈ ਵਾਰ ਦੋ ਵੀ ਲੱਗੇ ਜਾਂਦੇ ਸੀਗੇ ਬਸ ਕੰਮ ਕਰਕੇ ਜਾਈਦਾ ਸੀ ਆ ਕੇ ਫੇਰ ਘਰ ਆਉਂਦੇ ਨੂੰ ਖਾਣੇ ਦੀ ਟਾਈਮ ਹੋ ਜਾਂਦਾ ਸੀ ਖਾਣੇ ਦੀ ਤਿਆਰੀ ਕਰਨੀ ਹੁੰਦੀ ਸੀ ਇਸ ਤਰ੍ਹਾਂ ਕੁਝ ਰੁਟੀਨ ਚੱਲ ਰਿਹਾ ਸੀ ਸਾਫ਼-ਸਾਫ਼ ਇੰਤਹਾਥੀਨ ਲੱਗਿਆ ਮੇਰੇ ਤੋਂ ਤੇ ਹੁਣ ਹੌਲੀ-ਹੌਲੀ ਸਾਰਾ ਕਾਰ ਕਰਾਂਗੇ ਸੈਟ ਡਾਈਨਿੰਗ ਟੇਬਲ ਦਾ ਦੇਖੋ ਕੀ ਹਾਲ ਹੋਇਆ ਪਿਆ ਸਮਾਨ ਨਾ ਭਰਿਆ ਪਿਆ ਇਹਦੀ ਵੀ ਕਰਦੀਆਂ ਸੈਟਿੰਗ ਇਹ ਲਫਾਫੇ ਵਿੱਚ ਨਾ ਕੁਝ ਖਾਲੀ ਡੱਬੇ ਸੀ ਜਿਵੇਂ ਵੇਟਿੰਗ ਸਮਾਨ ਲੈ ਕੇ ਗਈ ਉਹ ਡੱਬੇ ਛੋਟੇ ਪੋਟਲਸ ਦੇ ਖਾਲੀ ਹੋ ਗਏ ਨਾ ਕੁਝ ਕਰਿਆ ਸੀਗਾ ਤੋਂ ਉਹ ਦੋ ਮੈਂ ਇਕੱਠੇ ਕਰਕੇ ਸਾਰੇ ਇੱਕ ਚ ਰੱਖ ਤੇ ਮੈਨੂੰ ਆਉਂਦਾ ਆਏ ਸੀ ਵੀ ਕਈ ਵਾਰ ਕੋਈ ਚੀਜ਼ ਨਹੀਂ ਸਮਾਨ ਚੋਂ ਦੀ ਨਹੀਂ ਪੈਕ ਹੁੰਦੀ ਵੀ ਉਹ ਫਿਰ ਕਈ ਵਾਰ ਵਾਪਸ ਕਰਨੀ ਪੈਂਦੀ ਉਸ ਕਰਕੇ ਮੈਂ ਡੱਬੇ ਇੱਕਦਮ ਹਜੇ ਛੋਟੇ ਨਹੀਂ ਸੀਗੇ ਤੇ ਫਿਰ ਹੁਣ ਇਹਨਾਂ ਨੂੰ ਆਪਾਂ ਛੁੱਟ ਕੇ ਆਉਂਗੇ ਮੈਂ ਐਗਸ ਵਾਲੇ ਬਾਕਸ ਪਏ ਨੇ ਇਹ ਵੀ ਚਾ ਕੇ ਫਰਿੱਜ ਵਿੱਚ ਰੱਖਦੇ ਆਂ ਡਾਈਨਿੰਗ ਟੇਬਲ ਖਾਲੀ ਕਰਕੇ ਫਿਰ ਸਾਰੇ ਟੇਬਲ ਦੀ ਕਰਦਿਆਂ ਸਫਾਈ ਹੌਲੀ ਹੌਲੀ ਇੱਕ ਇੱਕ ਕੰਮ ਦੀ 바ਰੀ ਆਉਗੀ ਅੱਜ ਮੈਨੂੰ ਕੰਮ ਕਰਕੇ ਨਾ ਬਹੁਤ ਸਕੂਨ ਮਿਲੇ ਮਨ ਨੂੰ ਇਹਨਾਂ ਸਕੂਨ ਮਿਲੇ ਵੀ ਚਲੋ ਕੁਝ ਤਾਂ ਘਰ ਦੀ ਸੈਟਿੰਗ ਹੋਈ ਹੈ ਨਾ ਕੁਝ ਤਾਂ ਕੰਮ ਹੋਏ ਕਿਉਂਕਿ ਆਪਦੇ ਆਪ ਤੇ ਬਰਡਨ ਹੁੰਦਾ ਜਿਹਦੀ ਜ਼ਿੰਮੇਵਾਰੀ ਹੁੰਦੀ ਹੈ ਜਿਹਨੇ ਕੰਮ ਕਰਨੇ ਹੁੰਦੇ ਨੇ ਉਸ ਬੰਦੇ ਤੇ ਬਹੁਤ ਜ਼ਿਆਦਾ ਬਰਡਨ ਹੁੰਦਾ ਕੰਮ ਦਾ ਹੁਣ ਦਵਿੰਦਰ ਮੈਨੂੰ ਕਹਿੰਦੇ ਨੇ ਤੂੰ ਐਵੇਂ ਟੈਨਸ਼ਨ ਲਈ ਯਾਨੀ ਕੀ ਟੈਨਸ਼ਨ ਆ ਕੀ ਕੰਮ ਆ ਕੰਮ ਹੋ ਜਾਣਗੇ ਮੈਂ ਕਿ ਜੇ ਇੰਨਾ ਟਾਈਮ ਨਹੀਂ ਹੁੰਦੇ ਉਹਨਾਂ ਟਾਈਮ ਟੈਨਸ਼ਨ ਤਾਂ ਹੁੰਦੀ ਹੈ ਜਦੋਂ ਹੋ ਜਾਣਗੇ ਫਿਰ ਮੈਂ ਟੈਨਸ਼ਨ ਫ੍ਰੀ ਹੋਵਾਂਗੀ ਔਰ ਕੰਮ ਵੀ ਫੇਰ ਹੀ ਹੁੰਦੇ ਨੇ ਜੇ ਆਪਾਂ ਟੈਨਸ਼ਨ ਲਈਏ ਕੰਮਾਂ ਦੀ ਜੇ ਆਪਾਂ ਟੈਨਸ਼ਨ ਲਵਾਂਗੇ ਹੀ ਨਹੀਂ ਫੇਰ ਕੰਮ ਵੀ ਨਹੀਂ ਹੁੰਦੇ ਹੈਗੇ ਇਸ ਕਰਕੇ ਟੈਨਸ਼ਨ ਕੰਮਾਂ ਦੀ ਲੈਣੀ ਪੈਂਦੀ ਆ ਫੇਰ ਕੰਮ ਹੁੰਦੇ ਨੇ ਹਨਾ ਬਿਨਾਂ ਟੈਨਸ਼ਨ ਤੋਂ ਆਪਾਂ ਕੰਮ ਨਹੀਂ ਹੋਣੇ ਜੁਨੇ ਬੱਚਾ ਬੱਚਾ ਪੜਾਈ ਦੀ ਟੈਨਸ਼ਨ ਲਊਗਾ ਫੇਰ ਹੀ ਉਹ ਪੜੂਗਾ ਜੂ ਟੈਨਸ਼ਨ ਲਊਗਾ ਨਹੀਂ ਟੈਨਸ਼ਨ ਫ੍ਰੀ ਰਹੂਗਾ ਫੇਰ ਉਹਨੇ ਕੀ ਪੜਨਾਗਾ ਇਸ ਕਰਕੇ ਟੈਨਸ਼ਨ ਲੈ ਕੇ ਹੀ ਕੰਮ ਹੁੰਦੇ ਨੇ ਬਿਨਾਂ ਟੈਨਸ਼ਨ ਤੋਂ ਨਹੀਂ ਆਪਾਂ ਕੰਮ ਕਰ ਸਕਦੇ ਤੁੰਗਾ ਇੰਡ ਕੇਬਲ ਕੀਤਾ ਖਾਲ ਨਹੀਂ ਪਹਿਲਾਂ ਇਪਰ ਇਹ ਤੇ ਮਾਰੂੰ ਕੱਪੜਾ ਨਾਲ ਚਿਹਰਾ ਸਾਫ਼ ਕੀਤੀਆਂ ਇਸ ਤੋਂ ਬਾਅਦ ਫਿਰ ਮੈਂ ਡਰਾਈਵਿੰਗ ਰੂਮ ਦੀ ਵੀ ਸੈਟਿੰਗ ਕਰਕੇ ਆਈ ਸਾਰੀ ਡਸਟਿੰਗ ਕਰਕੇ ਉਹਦੀ ਵੀਡੀਓ ਮੈਂ ਰਿਕਾਰਡ ਕਰੀ ਨਹੀਂ ਤੇ ਇੰਨਾ ਕੰਮ ਹੋ ਗਿਆ ਬਾਕੀ ਰਹਿ ਗਿਆ ਸਾਡੇ ਵਾਲਾ ਰੂਮ ਬੇਟੇ ਵਾਲਾ ਰੂਮ ਤੇ ਲੌਬੀ ਉਹ ਮੈਂ ਕੱਲ ਕੱਲ ਨੂੰ ਕਰੂੰ ਮਾਰਨਿੰਗ ਵਿੱਚ ਫਿਰ ਮੈਂ ਕੱਪੜੇ ਵੀ ਪ੍ਰੈਸ ਕਰਨੇ ਸੀਗੇ ਤੇ ਇਸ ਕਰਕੇ ਕਾਫੀ ਕਾਫੀ ਕੰਮ ਮੇਰੇ ਅੱਜ ਹੋ ਗਏ ਤੇ ਜਿਹੜੇ ਰਹਿ ਗਏ ਚਲੋ ਕੱਲ ਨੂੰ ਹੋ ਜਾਣਗੇ ਫਿਰ ਹੌਣ ਤਾਂ ਆਏ ਨਾ ਟੇਲੀ ਹੌਲੀ ਹੌਲੀ ਥੋੜਾ ਥੋੜਾ ਕਰਕੇ ਹੋ ਹੀ ਜਾਣਗੇ ਹੌਲੀ ਹੌਲੀ ਕੰਮ ਆਪਣਾ ਜਿਹੜਾ ਡੇਲੀ ਰੂਟੀਨ ਤੇ ਆਊਗਾ ਰੂਟੀਨ ਸੈੱਟ ਹੋਊਗਾ ਕਿਉਂਕਿ ਘਰ ਵਿੱਚ ਇਹਨਾਂ ਖਲਾਰਾ ਪੈਂਟ ਤੇ ਵੀ ਇਨੇ ਦਿਨ ਲੱਗੇ ਨਹੀਂ ਉਸ ਕਰਕੇ ਸੈਟਿੰਗ ਤੇ ਵੀ ਦਿਨ ਲੱਗਣਗੇ ਜਿਹੜੇ ਕੱਪੜੇ ਮਾਰਨਿੰਗ ਵਿੱਚ ਧੋਤੇ ਸੀ ਮੈਂ ਕਿਹਾ ਚਲੋ ਇਹ ਪ੍ਰੈਸ ਕਰਕੇ ਰੱਖਦਾ ਕਿਉਂਕਿ ਚੇਅਰ ਤੇ ਪਈ ਇੱਕ ਅੱਖਾਂ ਨੂੰ ਐ ਦਿਖ ਰਹੀ ਸੀ ਨਾ ਵੀ ਪਈ ਇਹਨੇ ਕੱਪੜੇ ਪ੍ਰੈਸ ਕਰਨ ਨਾਲ ਪਈ ਨਹੀਂ ਕਿਉਂਕਿ ਫਿਰ ਕੱਲ ਨੂੰ ਫਿਰ ਹੋਰ ਹੋ ਜਾਂਦੇ ਕੱਪੜੇ ਤਾਂ ਹੁਣ ਡੇਲੀ ਦੇ ਧੋਣ ਵਾਲੇ ਹੁੰਦੇ ਨੇ ਤੇ ਇਸ ਕਰਕੇ ਮੈਨੂੰ ਕਿਤੋਂ ਕਰਨੀ ਕਰਨੇ ਪੈਣਗੇ ਹੋਰ ਕੰਮ ਚਾਹੀਏ ਮੈਂ ਘੱਟ ਕਰ ਲਾਂ ਪਰ ਪ੍ਰੈਸ ਵਾਲੇ ਮੈਂ ਡੇਲੀ ਟੇਲੀ ਕਰ ਹੀ ਚੱਲਾਂਗਾ ਮੇਰੇ ਇਕੱਠੇ ਨਾ ਹੋਣ ਪ੍ਰੈਸ ਵਾਲੇ ਕੱਪੜੇ ਉਹ ਪ੍ਰੈਸ ਵਾਲੇ ਕਰਦਾਂ ਨੇ ਪ੍ਰੈਸ ਪ੍ਰੈਸ ਕਰਕੇ ਰੱਖ ਦਾਂਗੇ ਤੇ ਇਹ ਕੰਮ ਵੀ ਮੇਰਾ ਹੋ ਖਤਮ ਉਦੋਂ ਉਦੋਂ ਮੇਰੀਆਂ ਅਲਮਾਰੀਆਂ ਦਾ ਬੁਰਾ ਹਾਲ ਹੋਇਆ ਪਿਆ ਅਲਮਾਰੀਆਂ ਵਿੱਚ ਮੈਂ ਕਦੇ ਵੀ ਇੰਨਾ ਖਲਾਰਾ ਨਹੀਂ ਪਾਇਆ ਜਿੰਨਾ ਮੇਰੇ ਹੁਣ ਪਿਆ ਪਿਆ ਕਿਉਂਕਿ ਟਾਈਮ ਹੀ ਨਹੀਂ ਲੱਗ ਰਿਹਾ ਸੀਗਾ ਇਹ ਹੁਣ ਮੌਸਮ ਬਦਲ ਰਿਹਾ ਕੱਪੜੇ ਤਸਤੀਲ ਚੁੱਲ ਗਰਮੀਆਂ ਵਾਲੇ ਚੱਲ ਰਹੇ ਨੇ ਤੇ ਬਾਕੀ ਹੁਣ ਦੀਵਾਲੀ ਲੰਗੀ ਤੋਂ ਬਾਅਦ ਫਿਰ ਸਰਦੀਆਂ ਵਾਲੇ ਕੱਪੜੇ ਨਿਕਲਣ ਸ਼ੁਰੂ ਹੋਣਗੇ ਗਰਮੀਆਂ ਵਾਲੇ ਸੰਭਾਲਣੇ ਪੈਣਗੇ ਅਲਮਾਰੀਆਂ ਵੀ ਸੈੱਟ ਕਰਨੀਆਂ ਨੇ ਉਹਨਾਂ ਲਈ ਵੀ ਮੈਨੂੰ ਟਾਈਮ ਕੱ ਸ਼ਾਮ ਨੂੰ ਫਿਰ ਮੈਂ ਤੋਤਾ ਚਿਮਨੀ ਵਾਲਾ ਫਿਲਟਰ ਇਹ ਵਾਸ਼ ਕਰਕੇ ਰੱਖਿਆ ਮੈਨੂੰ ਆਈ ਸੀ ਫਿਰ ਧੁੱਪ ਚੱਲ ਜੂਗੀ ਮੈਂ ਧੁੱਪੇ ਰੱਖਦੀ ਹੁੰਨੀ ਆ ਵਾਸ਼ ਉਹ ਦੁਬਾਰਾ ਦਿਆਂ ਤਾਂ ਕਿ ਥੋੜੀ ਧੁੱਪ ਲੱਗ ਜੇ ਇਹਨੂੰ ਬਿਲਕੁਲ ਸਾਫ਼ ਹੋ ਗਿਆ ਚਿਮਨੀ ਕਾਫੀ ਗੰਦੀ ਹੋਈ ਪੀਸੇ ਮਹੀਨਾ ਹੋ ਗਿਆ ਵਾਸ਼ ਕਰੇ ਨੂੰ ਫਿਲਟਰ ਨੂੰ ਤੇ ਉਸ ਤੋਂ ਬਾਅਦ ਮੈਂ ਫ੍ਰੀ ਸੀ ਕਿਉਂਕਿ ਮੇਰੇ ਕੋਲ ਸਵੇਰੇ ਸਬਜੀ ਪਈ ਸੀ ਪਟਾ ਵੀ ਪਿਆ ਸੀ ਮੈਂ ਕਿਹਾ ਸਬਜੀ ਤਾਂ ਮੈਂ ਨਹੀਂ ਬਣਾਉਣੀ ਹੈ ਨਾ ਇਹ ਫ੍ਰੀ ਪੈਕੇ ਵੀ ਕੀ ਕਰਨਾ ਚਾਹੀਦੀ ਕਦੀ ਅਲਮਾਰੀ ਸੈੱਟ ਕਰ ਲੈਣਾ ਫਿਰ ਮੈਂ ਜਿਹੜੀ ਬੈੱਡ ਸ਼ੀਟਸ ਵਾਲੀ ਅਲਮਾਰੀ ਆ ਇਹ ਮੈਂ ਕਰ ਰਹੀ ਹਾਂ ਸੈੱਟ ਬਹੁਤ ਬਹੁਤ ਜ਼ਿਆਦਾ ਖਲਾਰਾ ਪਿਆ ਪਿਆ ਸੀਗਾ ਐਂ ਲੱਗ ਰਹੀ ਸੀ ਬਲਮਾਰੀਆਂ ਥੁੰਨੀਆਂ ਫੇਹ ਹੁੰਦੀਆਂ ਨੇ ਕੱਪੜਿਆਂ ਨਾਲ ਇੰਦਾ ਦੀ ਹਾਲਤ ਹੋਈ ਪਈ ਸੀ ਸਿਰ ਇਹ ਕਰ ਰਹੀ ਹਾਂ ਸੈੱਟ ਹੌਲੀ ਹੌਲੀ ਸਮਾਨ ਕੱਢ ਰਹੀ ਹਾਂ ਕੱਢ ਕੇ ਫਿਰ ਸੈੱਟ ਕਰਕੇ ਰੱਖੂੰਗੀ ਇਸ ਤਰ੍ਹਾਂ ਦਾ ਕੁਝ ਮੇਰਾ ਅੱਜ ਰੁਟੀਨ ਰਿਹਾ ਤੇ ਪਰ ਸ਼ਾਮ ਤੱਕ ਨਾ ਇੰਨੇ ਸਾਰੇ ਕੰਮ ਹੋ ਗਏ ਸੀ ਕੰਮ ਕਰਕੇ ਮਨ ਨੂੰ ਬਹੁਤ ਬਹੁਤ ਸਕੂਨ ਮਿਲਿਆ ਆਲਮਾਰੀ ਸੈੱਟ ਕਰਕੇ ਤਾਂ ਇਹ ਨਾ ਮੇਰਾ ਦਿਲ ਖੁਸ਼ ਹੋਇਆ ਨਾ ਇੰਨੀ ਸੋਹਣੀ ਸੈਟਿੰਗ ਹੋ ਗਈ ਕਿっਥੇ ਪਹਿਲਾਂ ਮੈਨੂੰ ਇੱਕ ਚੀਜ਼ ਵੀ ਨਹੀਂ ਸਹੀ ਢੰਗ ਨਾਲ ਦਿਖ ਰਹੀ ਸੀ ਤੇ ਹੁਣ ਸਾਰੀਆਂ ਚੀਜ਼ਾਂ ਦਿਖਣ ਲੱਗੀਆਂ ਸੀਆਂ ਵੀ ਕੀ ਕੁਛ ਪਿਆ ਟਾਈਮ ਥੋੜਾ ਜਰੂਰ ਲੱਗਦਾ ਸੈਟਿੰਗ ਕਰਨ ਤੇ ਨਾ ਟਾਈਮ ਦੇਣਾ ਪੈਂਦਾ ਕੱਢਣਾ ਪੈਂਦਾ ਪਰ ਸੈਟਿੰਗ ਕਰਕੇ ਜਿਹੜੀ ਉਹ ਆਪਾਂ ਬਦਲਦਾ ਨਾ ਰੂਹ ਹੀ ਬਦਲ ਜਾਂਦੀ ਹੈ ਜਗ੍ਹਾ ਦੀ ਉਹ ਫਿਰ ਉਹਦਾ ਮਨ ਬਹੁਤ ਖੁਸ਼ ਹੁੰਦਾ ਸਾਰੇ ਬੈੱਡ ਸ਼ੀਟਸ ਅੱਛੀ ਤਰ੍ਹਾਂ ਮੈਂ ਲਗਾਤੀ ਹਾਂ ਪਹਿਲਾਂ ਮੈਨੂੰ ਆਈ ਸੀ ਵੀ ਚਲੋ ਮੈਂ ਧੋ ਕੇ ਚੱਕ ਲਾਂਦੀ ਆ ਮੈਂ ਜਿੰਮੀ ਜਿੰਮੀ ਰੱਖਦੇ ਚਲੋ ਫੇਰ ਸੈਟਿੰਗ ਕਰੂੰ ਚਲੋ ਫੇਰ ਕਰੂੰ ਕਿਉਂਕਿ ਜਲਦੀ ਵਿੱਚ ਆਈ ਹੁੰਦਾ ਹੁੰਦਾ ਤੇ ਜੀ ਆਪਾਂ ਇਹ ਰੱਖ ਦਾਂਗੇ ਚਲੋ ਫੇਰ ਸੈਟ ਕਰ ਦਾਂਗੇ ਅੱਜ ਮੈਂ ਸਾਰੀ ﺍﻟमारी ਕੀਤੀ ਸੈਟ ਕੁਝ ਇਹਦੇ ਵਿੱਚ ਉੱਪਰ ਲੈਣ ਵਾਲੇ ਸ਼ੀਟਸ ਫਿਗਰਮੀ ਵਾਲੀਆਂ ਉਹ ਮੈਂ ਕੱਢ ਕੇ ਰੱਖਦੇ ਕਿਉਂਕਿ ਵਾਸ਼ ਕਰੀਆਂ ਪਈਆਂ ਸੀਗੀਆਂ ਹੁਣ ਜਿਵੇਂ ਗਰਮੀਆਂ ਨਹੀਂ ਜਦ ਨਹੀਂ ਹੈ ਦੀ ਮੌਸਮ ਚੇਂਜ ਹੋ ਗਿਆ ਇਹਨਾਂ ਦੀ ਲੋੜ ਨਹੀਂ ਸੀ ਉਹ ਮੈਂ ਅਲੱਗ ਕੱਢ ਦੂੰਗਾ ਮੈਂ ਬਾਹਰ ਸਟੋਰ ਵਿੱਚ ਰੱਖਿਆ ਹੂੰਗੀ ਹੌਲੀ ਹੌਲੀ ਕਰਕੇ ਕੰਮ ਜਿਹੜੇ ਅੱਗੇ ਵਧ ਰਹੇ ਸੀਗੇ ਤੇ ਆਪ ਨੂੰ ਵੀ ਅੱਛਾ ਲੱਗ ਰਿਹਾ ਸੀ ਵੀ ਚਲੋ ਇੱਕ ਇੱਕ ਕਰਕੇ ਮੇਰਾ ਕੰਮ ਘਟੀ ਜਾਂਦਾ ਕਿਉਂਕਿ ਮੈਂ ਇੰਨਾ ਜ਼ਿਆਦਾ ਖਲਾੜਾ ਕਦੇ ਕਦੇ ਪਾਇਆ ਨਹੀਂਗਾ ਇੰਨਾ ਜ਼ਿਆਦਾ ਮੈਂ ਗੰਦਾ ਕੁਝ ਵੀ ਨਹੀਂ ਰੱਖਿਆ ਕਦੇ ਮੈਨੂੰ ਫਿਰਨਾ ਮੈਨੂੰ ਤਾਂ ਬਹੁਤ ਹੀ ਬੁਰਾ ਲੱਗ ਰਿਹਾ ਸੀ ਕਦੇ ਦੇਖਣਾ ਬਹੁਤ ਹੀ ਮੈਨੂੰ ਮੁਸ਼ਕਲ ਹੋਇਆ ਪਿਆ ਸੀ ਲੋ ਜੀ ਆਪਣੀ ਕਵਰ ਹੋ ਗਈ ਸੈਟ ਸਾਰੀ ਹੁਣ ਇੱਕ ਇੱਕ ਚੀਜ਼ ਵਧੀਆ ਟੰਗਣਾ ਚੀਣੀਂਗੀ ਉੱਪਰ yellow basket ਵਿੱਚ ਸਰਦੀਆਂ ਵਾਲੇ ਗਲਵਸ, ਕੈਪਸ, ਵੂਲਨ ਸੌਕਸ ਆ ਇਸ ਤਰ੍ਹਾਂ ਦਾ ਫਿਰ نیچے ਬੈੱਡਸ਼ੀਟਸ ਆ ਗਈਆਂ। ਸਾਈਡ ਤੇ ਹੈਂਡ ਟੋਵਲ ਪਏ ਨੇ ਜਿਹੜੇ ਗੈਸਟ ਲਈ ਰੱਖਦੇ ਹੁੰਦੇ ਆ। ਤੇ نیچے ਸਿੰਗਲ ਬੈੱਡਸ਼ੀਟਸ ਆ ਗਈਆਂ। ਉਸ ਤੋਂ نیچے ਬਾਕਸ ਵਿੱਚ ਇੱਕ ਬਾਕਸ ਵਿੱਚ ਹੈਗੇ ਨੇ ਕੁਝ ਐਕਸਟਰਾ ਪਿੱਲੋ ਕਵਰਸ ਜਾਂ ਕੋਈ ਟੇਬਲ ਤੇ ਕਵਰ ਵਗੈਰਾ ਇਸ ਤਰ੍ਹਾਂ ਦਾ ਕੁਝ ਸ਼ੇਡ ਦੇ ਵਿੱਚ ਹੈਗਾ। ਆਹ ਵਾਲੇ ਬਾਕਸ ਵਿੱਚ ਮੇਰੀਆਂ ਸਰਦੀਆਂ ਵਾਲੇ ਫੁੱਲ 슬ੀਵਸ ਦੀਆਂ ਟੀ-ਸ਼ਰਟਸ, ਸਟੌਫਵੇਅਰ ਹਨ ਜਿਹੜੇ ਹੁਣ ਲੋਡ ਪਊ ਮੈਂ ਸਾਹਮਣੇ ਰੱਖ ਲਿਆ ਫਿਰ ਹੁਣ ਇਹਨੂੰ ਹੌਲੀ-ਹੌਲੀ ਕੱਢਨੇ ਪਿਆ ਕਰਨਗੇ। ਤੇ ਨੀਚੇ ਵਾਲੇ ਵਿੱਚ ਕੁਝ ਐਕਸਟਰਾ ਇੱਕ ਮੰਜਾਂ ਦਾ ਕੱਪੜਾ ਪਿਆ ਇੱਕ ਹੋਰ ਪਤਨ ਕੀ ਕੱਪੜਾ ਤੈ ਕਰਿਆ ਪਿਆ ਚਾਦਰ ਜੀ ਇਹ ਜ ਐਕਸਟਰਾ ਇੱਕ ਉਸ ਸਮਾਨ ਹੈ ਸਾਰੀ ਕਵਰਡ ਹੋ ਗਈ ਇਹ ਸੈਟ ਸੈਟ ਹੋ ਕੇ ਬਹੁਤ ਜ਼ਿਆਦਾ ਵਧੀਆ ਲੱਗਦੀ ਹੈ ਇੱਕ ਇੱਕ ਚੀਜ਼ ਤੇ ਨਜ਼ਰ ਆਪਣੀ ਜਾ ਰਹੀ ਹੈ ਨਾ ਦਿਖ ਰਹੀ ਆਪਾਂ ਨੂੰ ਵੀ ਆਹ ਚੀਜ਼ ਇੱਕ ਪਈ ਇੱਥੇ ਤੇ ਬਰਾਊਨ ਜੇ ਬਾਕਸ ਵਿੱਚ ਕੁਸ਼ਨ ਕਮਰਸ ਰੱਖੇ ਹਨ ਮੈਂ ਤੈ ਕਰਕੇ ਇਸ ਤਰ੍ਹਾਂ ਕੋਈ ਸੈਟਿੰਗ ਹੋਈ ਆ ਹੀਟਸ ਗਰਮੀਆਂ ਵਾਲੀਆਂ ਮੈਂ ਕੱਢਤੀ ਇਹ ਬਾਅਦ ਸਟੋਰ ਚ ਕਵਰਡ ਚ ਰੱਖਿਆਉਂਗੀ ਅੱਗੇ ਹੁਣ ਲੋਡ ਨਹੀਂ ਹੈਗੀ ਇਮਾਰ ਕਵਰ ਚ ਰੱਖਾਂਗੀ ਕੁਛ ਆ ਬਣਾਇਨਾ ਨੇ ਬੇਟੇ ਦੀ ਛੋਟੇ ਸਾਈਜ਼ ਦੀਆਂ ਨੇ ਇਹ ਪਹਿਲਾਂ ਦੀਆਂ ਇਹ ਮੈਂ ਕਿਸੇ ਨੂੰ ਦੇ ਦੂੰਗੀ ਜਾਂ ਫਿਰ ਮੈਂ ਡਸਟਿੰਗ ਲਈ ਲਾ ਲੂੰਗੀ ਆ ਮੇਖ ਨਿਕਲੇ ਨੇ ਖੇਸ ਜਿਹੜੇ ਗੈਸਟ ਲਈ ਰੱਖੇ ਹੋਏ ਸੀ ਖੇਸ ਮੈਂ ਧੋ ਦੂੰ ਗਾ ਲੂੰ ਧੋ ਕਿਵੇਂ ਬਾਹਰ ਸਟੋਰੇਜ ਕਵਰ ਚ ਰੱਖਾਂਗੀ ਕਿਉਂਕਿ ਹੁਣ ਅੱਗੇ ਇਹਨਾਂ ਦੀ ਲੋੜ ਨਹੀਂ ਪੈਣੀ ਇਹ ਬਾਹਰ ਸਟੋਰੇਜ ਚ ਰੱਖਾਂਗੀ ਵਾਸ਼ ਕਰਕੇ ਇਸ ਤਰ੍ਹਾਂ ਮੈਂ ਹੀ ਕੰਮ ਕੀਤਾ ਲੱਗਿਆ ਮੈਨੂੰ ਘੰਟਾ ਪਰ ਸੈਟਿੰਗ ਕਵਰ ਦੀ ਬਹੁਤ ਸੋਹਣੀ ਹੋ ਗਈ ਐ ਨਾ ਸਾਰੇ ਐਕਸਟਰਾ ਚਾਦਰ ਕੇਸ ਵੀ ਨਿਕਲੇ ਵਿੱਚੋਂ ਜੋ ਹੁਣ ਲੋਡ ਨਹੀਂ ਸੀਗੀ ਸਾਰੇ ਕਵਰ ਹੋ ਗਏ ਸੈੱਟ ਟਾਈਮ ਜਰੂਰ ਲੱਗਿਆ ਪਰ ਦਿਲ ਖੁਸ਼ ਹੋ ਗਿਆ ਇਹ ਕੰਮ ਕਰਕੇ ਮੇਰਾ ਤੇ ਉਸ ਤੋਂ ਬਾਅਦ ਹੁਣ ਮੈਂ ਨਾਲ ਇਹਦੇ ਨਾਲ ਹੀ ਕਬੇਟੇ ਦੀ ਕਵਰਾਂ ਮੈਂ ਸੋਚਿਆ ਇਹਦੇ ਕੱਪੜੇ ਵੀ ਸੈੱਟ ਕਰ ਦਾਂ ਨੇ ਇਹਦੇ ਕੱਪੜੇ ਵੀ ਮੈਂ ਅਚੀ ਤਰ੍ਹਾਂ ਸੈੱਟ ਕਰੇ ਜਦੋਂ ਬੱਚੇ ਕੱਢਦੇ ਆ ਨਾ ਇੱਕ ਕੱਪੜਾ ਜੇ ਚਾਹੀਦਾ ਹੁੰਦਾ ਤੇ ਨਾਲ ਦੋ ਕੱਪੜੇ ਤਾਂ ਖਰਾਬ ਕਰ ਦਿੰਦੇ ਨੇ ਤੇ ਮੈਂ ਐਨੀ ਹੈਰਾਨ ਹੋਈ ਇਹਦੀ ਕਵਰ ਸੈੱਟ ਕਰਕੇ ਵੀ ਇਹਦੇ ਕੋਲ ਸਿਰਫ ਇੰਨੇ ਕੱਪੜੇ ਨੇ ਸਿਰਫ ਇੱਕ ਬਾਸਕਟ ਵਿੱਚ ਇਹਦੇ ਕੱਪੜੇ ਆ ਗਏ ਮੈਂ ਤਾਂ ਹੈਰਾਨ ਹੋ ਗਈ ਮੈਂ ਕੁੜੀਆਂ ਤਾਂ ਉਹੀ ਨਾ ਸਾਰਨ ਇੰਨੇ ਕੱਪੜਾ ਨਾਲ ਵੀ ਮੁੰਡੇ ਸਿਰਫ ਇੰਨੇ ਕੱਪੜਾ ਨਾਲ ਸਾਰ ਲਾਉਂਦੇ ਨੇ ਵੀ ਕੰਮੇ ਸਾਰ ਰਹੇ ਇਹ ਇੰਨੇ ਥੋੜੇ ਕੱਪੜੇ ਨਾਲ ਮੈਂ ਤਾਂ ਹੈਰਾਨ ਸੀ ਚਲੋ ਦੋ ਜਾਰ ਕੋਈ ਇਧਰ ਉਧਰ ਪਈ ਹੋਣੀ ਕੋਈ ਧੋਣ ਵਾਲਾ ਹੋਊਗਾ ਪਰ ਸਟਿਲ ਇੰਨੇ ਥੋੜੇ ਕੱਪੜੇ ਵੀ ਕੁੜੀਆਂ ਤਾਂ ਅਲਮਾਰੀਆਂ ਭਰ ਲਾਂਦੀਆਂ ਨੇ ਤਾਂ ਵੀ ਕਹਿਣਗੇ ਸਾਡੇ ਕੋਲ ਕੋਈ ਕੱਪੜਾ ਨਹੀਂਗਾ ਮੇਰੇ ਬੇਟੇ ਨੂੰ ਐਕਚੁਅਲੀ ਕੱਪੜਾ ਦਾ ਇਹਨੂੰ ਸ਼ੌਂਕ ਹੀ ਨਹੀਂ ਹੈਗਾ ਨਹੀਂ ਮੰਗੇ ਕੱਪੜੇ ਅਸੀਂ ਇੰਨ ਧੱਕੇ ਨਾਲ ਲੈ ਕੇ ਦੇਨੇ ਹੁੰਨੇਗਾ ਆਪਣੇ ਸਿਰਫ ਐਨੇ ਕੱਪੜੇ ਨੇ ਬਸ ਆਹ ਟੀ-ਸ਼ਰਟਸ ਤੇ ਪਜਾਮੇ ਸਿਰਫ ਇੱਕ ਬਾਸਕਟ ਵਿੱਚ ਆ ਗਏ ਬਾਕੀ ਬੱਚਿਆਂ ਦਾ ਸਾਈਜ਼ ਬਦਲ ਜਾਂਦਾ ਫਿਰ ਉਹ ਨਾਲ ਹੀ ਨਾਲ ਉਹ ਕੱਢਨੇ ਪੈਂਦੇ ਨੇ ਆਹ ਕਬਰ ਹੈ ਦੀ ਤਿੰਨ ਦੇ ਕੋਲ ਪੈਂਟਾਂ ਨੇ ਬਸ ਜੀਨਸ ਤਿੰਨ ਇੱਕ ਖਾਨੇ ਵਿੱਚ ਕੱਪੜੇ ਨੇ ਬਾਕੀ ਦੋ ਖਾਨਿਆਂ ਵਿੱਚ ਬਾਕਸ ਨੇ ਸਿਰਫ ਆਹੀ ਕੱਪੜੇ ਨੇ ਬਸ ਇੱਕ ਬਾਸਕਟ ਵਿੱਚ ਕੱਪੜੇ ਨੇ ਸਾਈਡ ਤੇ ਬਾਕਸ ਵਿੱਚ ਅੰਡਰਗਾਰਮੈਂਟਸ ਕੋਈ ਨਹੀਂ ਐਨੇ ਕੱਪੜੇ ਨੇ ਬਸ ਕੁੜੀਆਂ ਦਾ ਬਿਲਕੁਲ ਵੀ ਨਾ ਸਾਰਨ ਜਿੰਨੇ ਮਰਜ਼ੀ ਕੁੜੀਆਂ ਨੂੰ ਕੱਪੜੇ ਲੈ ਦੇ ਕਦੇ ਨਹੀਂ ਕਹਿੰਦੀਆਂ ਵੀ ਹਾਂ ਸਾਡੇ ਕੋਲ ਕੱਪੜੇ ਬਹੁਤ ਨੇ ਫਿਰ ਵੀ ਕਹਿਣਗੀਆਂ ਸਾਡੇ ਕੋਲ ਤਾਂ ਹੈ ਹੀ ਨਹੀਂ ਹੈ ਹੀ ਨਹੀਂ ਕੱਪੜੀ ਨਹੀਂ ਹੈ ਕੋਈ ਪਾਉਣ ਨੂੰ ਪਰ ਮੁੰਡੇ ਕਦੇ ਨਹੀਂ ਕਹਿੰਦੇ ਵੀ ਸਾਡੇ ਕੋਲ ਕੱਪੜੇ ਨਹੀਂ ਹੈਗੇ ਪਾਉਣ ਨੂੰ ਲੋ ਜੀ ਇਹ ਕਪੜਾ ਵੀ ਹੋ ਗਿਆ ਨਾਲ ਦੀ ਨਾਲ ਇਹ ਸੈਟ ਕਰਤੀ ਮੈਂ ਕਵਰਟ ਤੇ ਇਸ ਤਰ੍ਹਾਂ ਇੱਕ ਰੂਮ ਦੇ ਕਵਰਟਸ ਹੋ ਗਏ ਸੈਟ ਤੇ ਕੱਲ ਨੂੰ ਨੈਕਸਟ ਰੂਮ ਦੇ ਕੋਈ ਹੋਰ ਰੂਮ ਵੀ ਛੇੜੂਗੀ ਆਪਣੇ ਰੂਮ ਦੀ ਕਰੂੰਗੀ ਮੇਰੇ ਇੰਦਾ ਆਪ ਕਵਰਟਸ ਬਹੁਤ ਖਲਾਰਾ ਪਿਆ ਪਿਆ ਤੂੰ ਵੀ ਰਾਤ ਨੂੰ ਖਾਣਾ ਖਾ ਕੇ ਅਸੀਂ ਆ ਗਏ ਸੀ ਉੱਪਰ ਬੱਚੇ ਜਲਾ ਰਹੇ ਸੀ ਪਣਾਕੇ ਮੈਂ ਦਵਿੰਦਰ ਨੂੰ ਕਿਹਾ ਚਲੋ ਆਪਾਂ ਵੀ ਉੱਪਰ ਚੱਲਦੇ ਆਂ ਵੀ ਦੇਖ ਕੇ ਆਉਣਾ ਕਿੰਨੀ ਕਰੌਣ ਕਾ ਦਿਵਾਲੀ ਦੀ ਤੇ ਦਿਵਾਲੀ ਦੀ ਮੈਨੂੰ ਕੋਈ ਖਾਸ ਰੌਣਕ ਦਿਖੀ ਨਹੀਂ ਹੈਗੀ ਐਨੀ ਘੱਟ ਲੋਕਾਂ ਨੇ ਦੀਪਮਾਲਾ ਪਾਈ ਹੋਈ ਸੀ ਕੋਈ ਐਨੀ ਮਨਰੌਣਕ ਲੱਗੀ ਨਹੀਂ ਲੱਗ ਹੀ ਨਹੀਂ ਰਹੀ ਸੀ ਦਿਵਾਲੀ ਆ ਬੱਚੇ ਜਲਾ ਰਹੇ ਸੀ ਇੱਧਰ ਪਣਾਕੇ ਤੇ ਇਸੇ ਮੇਰੀ ਅੱਜ ਦੀ ਵੀਡੀਓ ਵੀਡੀਓ ਅੱਛੀ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਨਾ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਿਓ ਮਿਲਾਂਗੇ ਇੱਕ ਹੋਰ ਵੀਡੀਓ ਲੈ ਕੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ